ਡੈਡੀ ਤੁਹਾਨੂੰ ਤੁਹਾਡੇ ਐਨਵਰਸਰੀ ਤੇ ਕੀ ਗਿਫਟ ਚਾਹੀਦਾ? ਮੈਨੂੰ ਤਾਂ ਥਾਰ ਚਾਹੀਦੀ ਆ। ਲਓ ਜੀ ਆਪਾਂ ਦਾੜੀ ਬਾਲ ਕਟਾ ਲੈ ਮਾਂਡਰਾ ਹੁਣ ਦਾ ਸਾਡੀ ਸੇਵਾ 'ਚ ਕੀ ਹਾਜ਼ਰ ਅੱਜ? ਸੇਵਾ ਠਾਣਾ ਨੇੜੇ ਹੀ ਆ। ਅੱਜ ਹੈਗੀ ਆ ਤਰੀਕ 6 ਮਾਰਚ, ਦਿਨ ਹੈਗਾ ਵਾ ਸੈਟਰਡੇ। ਅੱਜ ਸਾਡਾ ਨਾ ਕੋਈ ਵਲੌਗ ਆਇਆ ਵਾ ਨਾ ਮੈਨੂੰ ਲੱਗਦਾ ਕੋਈ ਆਉਣਾ ਵਾ, ਕਿਉਂਕਿ ਕੱਲ ਤਾਂ ਹੀ ਸ਼ਾਮ ਨੂੰ ਅਪਲੋਡ ਕਰਤਾ ਸੀਗਾ, ਬਟ ਅੱਜ ਸ਼ਾਮ ਨੂੰ ਸਾਤੋਂ ਕਰ ਨਹੀਂ ਆਉਣਾ ਬਿਕੋਜ਼ ਸਾਡੀ ਵੀਡੀਓ ਐਂਡ ਹੁੰਦੀ ਲੇਟ ਹੋ ਜਾਂਦੀ, 2 ਵਜੇ ਐਡੀਟਿੰਗ ਨੂੰ ਵੀ ਟਾਈਮ ਲੱਗ ਜਾਂਦਾ। 7 ਵਜੇ ਤੱਕ ਤਾਂ ਅਸੀਂ ਸੋਚਦੇ ਹੁੰਦੇ ਸੀ ਕਦੋਂ ਤੋਂ ਵੀਡੀਓ ਐਂਡ ਕਰੀਏ। ਹਾਂ ਤੇ ਫਿਰ ਬਾਕੀ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਸ਼ੁਰੂ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਮੈਂ ਮੱਗਰ ਭੋਲੀ ਦੇ ਨਾਲ ਜੀ ਲੈ ਕੇ ਆਇਆ ਫਿਰ ਇੱਕ ਵੀਡੀਓ ਕਮਾਲ ਜੀ। ਚਲੋ ਜੀ ਸਾਡੇ ਘਰੇ ਪਿਛਲੇ 10 ਦਿਨ ਤੋਂ ਇੱਕ ਪਲੈਨਿੰਗ ਚੱਲ ਰਹੀ ਆ। ਉਹ ਪਲੈਨਿੰਗ ਕੀ ਆ ਮੈਂ ਦੱਸਦਾ ਵਾਂ। ਪਲੈਨਿੰਗ ਇਹ ਆ ਕਿ 10 ਤਰੀਕ ਨੂੰ ਮੇਰੀ ਮਾਸੀ ਦੀ ਹੈਗੀ ਐਨਵਰਸਰੀ, ਹੈਨਾ, 11 ਤਰੀਕ ਨੂੰ ਮੰਮੀ ਡੈਡੀ ਦੀ ਆ। ਯੈਸ, ਮਾਸੀ ਨੂੰ ਕੀ ਗਿਫਟ ਦੇਣਾ ਮੈਂ ਦੋਨੀ ਮਾਮਾ ਨੌਵਾਂ ਨੂੰ ਸਮਝ ਨਹੀਂ ਆ ਰਿਹਾ। ਹੈ ਕੋਈ ਨਹੀਂ, 10 ਤਰੀਕ ਤੱਕ ਸੋਚ ਲਾਂਗੇ ਵੀ ਅਸੀਂ ਕੀ ਸੋਚੋ। ਤੇ ਫਿਰ ਮੰਮੀ ਨੂੰ ਤੂੰ ਕੀ ਦੇਵੇਂਗੀ? ਮੰਮੀ ਕਹਿੰਦੀ ਤੁਹਾਡੀ ਮਾਸੀ ਨੇ ਤੁਹਾਨੂੰ ਛੋਟੇ ਹੁੰਦੇ ਬਹੁਤ ਕੁਛ ਲੈ ਕੇ ਦਿੱਤਾ, ਹੁਣ ਤੁਹਾਡਾ ਟਾਈਮ ਆ, ਤੁਸੀਂ ਲੈ ਕੇ ਦਿਓ। ਡੈਡੀ ਤੁਹਾਨੂੰ ਤੁਹਾਡੇ ਐਨਵਰਸਰੀ ਤੇ ਕੀ ਗਿਫਟ ਚਾਹੀਦਾ? ਮੈਨੂੰ ਤਾਂ ਥਾਰ ਚਾਹੀਦੀ ਆ। ਲੈ ਬਈ ਟਾਈਮ ਲੱਗੂ ਹਲੇ। ਇੱਕ ਗੱਲ ਹੋਰ ਦੱਸੋ, ਤੁਸੀਂ ਥਾਰ ਲੈ ਕੇ ਜਾਣਾ ਕਿੱਥੇ ਘੁੰਮਣ? ਤੁਹਾਨੂੰ ਇਹ ਦੇਣੀ ਆ। ਲੈ ਲੈ ਡੈਡੀ ਹੁਣ ਬਦਲ ਗਿਆ, ਮੈਂ ਦੱਸੋ ਅੱਗੇ ਮੰਗਦਾ ਸੀ ਥਾਰ। ਚਲੋ ਠੀਕ ਆ ਫਿਰ, ਘੁੰਮਣ ਤਾਂ ਮੈਂ ਕਿੱਥੇ ਜਾਣਾ, ਕੀ ਲੈਣਾ? ਚੈੱਕ ਬੁੱਕ ਫਿਰ ਤਾਂ ਹੀ ਆਊ। ਚਲੋ ਠੀਕ ਆ ਜੀ, ਰੋਟੀ ਖਾ ਲਈਏ ਫਿਰ ਕਰਦੇ ਹਾਂ ਗੱਲ। ਕਾਹਦੇ ਥਾਰ ਤੇ ਲੈ ਕੇ ਜਾਓਗੇ? ਹੁਣ ਕਿੱਥੇ ਚੱਲ ਜੂ ਸਿਮਲੇ ਨੂੰ ਗੱਡੀ? ਚੱਲ ਇੱਕ ਵਾਰੀ। ਚਲੋ ਠੀਕ ਆ, ਹਾਂ ਕੋਈ ਚੱਕਰ ਨੀ, ਬਲੌਗ ਬਣਾ ਲਿਆ। ਆ ਚਲੋ ਸਾਡੇ ਨਾਲ ਹੀ ਚੱਲਿਓ ਫਿਰ। ਓਕੇ ਨਾ, ਡੈਡੀ ਅੱਧੀ ਦੁਨੀਆ ਕੋ ਮੈਂ ਆਇਆ, ਐ ਜੀ ਗੱਲ ਨਹੀਂ ਕੋਈ। ਹੁਣ ਆ ਤਾਂ ਇਹਨਾਂ ਨੂੰ ਮੈਂ ਦੱਸਦਾ ਉਹਨਾਂ ਫੋਨ ਤੇ ਆ ਵੀ ਇੱਧਰ ਨੂੰ ਜਾ। ਥੋੜੀ ਹੋ ਗਈ ਨਾ ਹੁਣ, ਗੱਡੀ ਉਹਨੇ ਚਾਲਦੀ ਉਹ ਡਰਾਈਵਰ ਭੇਜ ਦਾਂਗੇ। ਚਲੋ ਠੀਕ ਆ, ਵੀ ਰੋਟੀ ਖਾ ਹੀ ਲਈਏ। ਲਓ ਵੀ ਹੁਣ ਸਭ ਤੋਂ ਪਹਿਲਾਂ ਆਪਾਂ ਡੈਡੀ ਨੂੰ ਗੱਡੀ ਲੈ ਕੇ ਦੇਣੀ ਆ, ਉਹਦਾ ਤਾਂ ਪਤਾ ਨਹੀਂ, ਬਟ ਉਹਨਾਂ ਨੂੰ ਘੁੰਮਣ ਜ਼ਰੂਰ ਲੈ ਕੇ ਆਣਾ ਪਵਨ। ਠੀਕ ਆ, ਤੁਸੀਂ ਕਮੈਂਟ ਕਰਕੇ ਦੱਸ ਦਿਓ ਉਹਨਾਂ ਨੂੰ ਕਿੱਥੇ ਘੁੰਮਣ ਲੈ ਕੇ ਆਈਏ, ਥੋੜੀ ਜੀ ਈਜ਼ੀ ਜਗ੍ਹਾ ਹੋਵੇ, ਬਾਲੇ ਪਹਾੜ ਪੂੜਾ ਜੀ ਫਿਰ ਔਖੇ ਹੋਣਗੇ। ਠੀਕ ਆ, ਤੇ ਬਾਕੀ ਹੁਣ ਪਵਨ ਚੱਲੀ ਆ ਮੰਮੀ ਡੈਡੀ ਨਾਲ ਮੰਡੀ ਨੂੰ ਸ਼ਾਪਿੰਗ ਕਰਨ, ਮਾਸੀ ਲਈ ਕੋਈ ਗਿਫਟ ਲੈਣ, ਤੇ ਮੈਂ ਜਾਊਂਗਾ ਸੁਧਾਰ, ਤੇ ਦੋਨੀ ਜਣੇ ਵੀਡੀਓ ਬਣਾਵਾਂਗੇ, ਦੇਖਾਂਗੇ ਕਿਹਦੀ ਵੀਡੀਓ ਵੱਧ ਇੰਟਰਸਟਿੰਗ ਹੈ। ਦੇਖ ਲਿਓ ਫਿਰ ਕਿਹਦੀ ਵਧੀਆ ਹੋਊਗੀ ਜ਼ਿਆਦਾ। ਦੇਖ ਲਈ ਫਿਰ, ਦੇਖ ਲਿਓ ਫਿਰ, ਦੇਖ ਲਈ ਫਿਰ, ਦੇਖ ਲਈ ਫਿਰ, ਦੇਖ ਲਈ ਫਿਰ, ਜਦੋਂ ਮੈਨੂੰ ਤਿਆਰ ਹੋ ਲੈਣ ਤੋਂ ਥੱਲੇ ਗੱਡੀ ਸਟਾਰਟ ਹੋ ਗਈ ਫਿਰ ਤੁਸੀਂ ਵੀਡੀਓ 'ਚ ਦੇਖੋ। ਚਲ ਠੀਕ ਆ, ਦੇਖ ਲਈ ਫਿਰ, ਦੇਖ ਲਈ ਫਿਰ। ਵੈਸੇ ਮੇਰਾ ਪਹਿਲਾਂ ਜਾਣ ਦਾ ਕੋਈ ਪਲਾਨ ਨਹੀਂ ਸੀ, ਬਟ ਮੰਮੀ ਡੈਡੀ ਨੇ ਕਹਿ ਦੇ ਤੂੰ ਸਾਡੇ ਨਾਲ ਚੱਲ, ਸੋ ਹੁਣ ਮੈਂ ਚੱਲੀ ਆ। ਬਾਏ ਬਾਏ ਪਿੰਦਰ। ਚੱਲੀ ਤਾਂ ਹੈਗੀ ਆ, ਜੇ ਤੈਨੂੰ ਕੋਈ ਸੂਟ ਸਲਵਾਰ ਲਿਆ ਨਾ ਫਿਰ ਦੇਖੀ। ਇੱਕ ਅੱਧਾ ਤਾਂ ਬਣਦਾ ਨਾ, ਉਹਦਾ ਟਾਈਮ ਵੀ ਦੱਸੂਗਾ। ਚਲੋ ਜੀ ਠੀਕ ਆ, ਹੁਣ ਆਪਾਂ ਚੱਲਦੇ ਆ ਤੇ ਮਿਲ ਜਾ ਤੁਹਾਨੂੰ ਗੱਡੀ 'ਚ ਜਾਂ ਮੰਡੀ 'ਚ ਆ ਕੇ। ਲਓ ਜੀ ਪਹਿਲਾਂ ਤਾਂ ਅਸੀਂ ਜਾਣਾ ਸੀ ਸਿੱਧਾ ਮੰਡੀ ਨੂੰ,
बट हुण असीं चलिया पहला मोमनाबाद नूं, उथों मासी नूं लैके फिर मंडी आवांगे। मम्मी मम्मी नूं हुण टाइम लगे साडा पुराना ब्लॉग देखण। ओ डैडी जी ठीक हो? चलो जी बाकी हुण आपां चलदे आं ते तुहानूं मिलदे आं मंडी जाके। वैसे सानू दोनों प्यो पुत्ता नू थार दा शौक बहुत आ, बट हले ना इहदियां किश्तां रहिंदियां ने। ते दूजी गल, एक शौक इदां भी आ, अज तक जिन्नियां गड्डियां लईयां ने महिंद्रा दीयां लईयां ने, सो उह वी महिंद्रा दीयां, तां करके थोड़ी जिही अटैचमेंट वध रहिंदी आ। वैसे उह सियाणियां दा कहना वा कि शौक दा कोई मुल नहीं हुंदा, बट सियाणे इह वी कहिंदे आ कि पैर ना चादर देख के पसारने चाहीदे आ। ਕਿਸ਼ਤਾਂ ਤੋਂ ਇੱਕ ਗੱਲ ਹੋਰ ਯਾਦ ਆਈ, ਜਦੋਂ ਮੈਂ ਆਹ ਗੱਡੀ ਲਈ ਸੀ ਨਾ ਉਦੋਂ ਮੈਂ ਇੱਕ ਚੰਡੀਗੜ੍ਹ ਬਿਜ਼ਨਸ ਕਰਦਾ ਸੀਗਾ। ਜਦੋਂ ਮੈਂ ਥੋੜ੍ਹਾ ਜਿਹਾ ਬਿਜ਼ਨਸ 'ਚ ਵਧੀਆ ਹੋ ਗਿਆ, ਮੈਂ ਡੈਡੀ ਨੂੰ ਕਿਹਾ ਡੈਡੀ ਮੈਨੂੰ ਇੱਕ ਗੱਡੀ ਲੈ ਦਿਓ, ਵੀ ਮੈਂ ਕਿਸ਼ਤ ਆਪੇ ਭਰਦਿਆ ਕਰੂੰਗਾ। ਡੈਡੀ ਨੂੰ ਮੈਨੂੰ ਆਹ ਗੱਡੀ ਲੈਤੀ ਸੀ, ਮੈਂ ਸਾਲ ਕੀ ਕਿਸ਼ਤਾਂ ਭਰੀਆਂ ਸੀਗੀਆਂ, ਉਦੋਂ ਬਾਅਦ ਮੈਨੂੰ ਬਿਜ਼ਨਸ 'ਚ ਘਾਟਾ ਪੈ ਗਿਆ ਅਤੇ ਉਦੋਂ ਬਾਅਦ 'ਚ ਡੈਡੀ ਕਿਸ਼ਤਾਂ ਭਰਦੇ ਆਏ ਨੇ। ਆ ਹੁਣ ਕੁਛ ਕੁ ਮਹੀਨਿਆਂ ਤੋਂ ਮੈਂ ਆਪਦੀ ਜ਼ਿੰਦਗੀ 'ਚ ਦੁਬਾਰਾ ਸਟੇਬਲ ਹੋਇਆ ਅਤੇ ਕਿਸ਼ਤਾਂ ਭਰਨ ਯੋਗਾ ਆਇਆ। ਹੁਣ ਗਾਹਾਂ ਵਾਲਾ ਪੰਗਾ ਉਦੋਂ ਹੀ ਲਊਂਗਾ ਜਦੋਂ ਹਾਂ ਪੂਰੀ ਉਮੀਦ ਹੋਈ ਕਿ ਹੁਣ ਬਾਪੂ 'ਤੇ ਟੈਨਸ਼ਨ ਨਹੀਂ ਪਾਉਂਦਾ। ਅਤੇ ਬਾਕੀ ਹੁਣ ਮੈਂ ਚੱਲਿਆ ਕਿੱਥੇ, ਮੈਂ ਚੱਲਿਆ ਸੁਧਾਰ, ਕਿਉਂਕਿ ਇੱਕ ਤਾਂ ਮੈਨੂੰ ਕਮੈਂਟ ਬਹੁਤ ਆਉਂਦੇ ਸੀਗੇ ਵੀ ਤੁਸੀਂ ਮਾਸਟਰ ਨੂੰ ਵੀਡੀਓ 'ਚ ਲੈ ਕੇ ਆਓ, ਨਾਲੇ ਤਾਂ ਉਹ ਵੀਡੀਓ 'ਚ ਆਜੂਗਾ, ਨਾਲੇ ਮੈਂ ਦਾੜੀ ਬਾਲ ਜੇ ਕਟਾਇਆ ਹੂੰ ਆਪਦੇ। ਪਹਿਲਾਂ ਸਨੀ ਨੂੰ ਪਿੱਕ ਕਰਦੇ ਹਾਂ, ਫਿਰ ਚੱਲਦੇ ਹਾਂ ਸੁਧਾਰ ਨੂੰ। ਮਾਸੀ ਅਸੀਂ ਸੁਨਿਆਰਿਆਂ ਦੇ ਚੱਲੇ ਆ, ਪਰ ਤੈਨੂੰ ਕੋਈ ਛਾਪ ਛੱਲਾ ਨੀ ਤੁਸੀਂ ਮੈਨੂੰ ਲੈ ਦਿਓ। ਚਲੋ ਮੈਂ ਪਸੰਦ ਕਰਦੀ ਹਾਂ, ਤੁਸੀਂ ਲੈ ਲਓ। ਲਓ ਜੀ ਅਸੀਂ ਮੰਡੀਓ ਸ਼ੋਪਿੰਗ ਕਰ ਲਈ, ਮਾਸੀ ਨੇ ਜਿਹੜਾ ਸੂਟ ਸਾਟ ਲੈਣਾ ਸੀ ਮਾਸੀ ਨੂੰ ਵੀ ਲੈਤਾ, ਮੰਮੀ ਨੇ ਵੀ ਲੈ ਲਿਆ ਅਤੇ ਮੈਂ ਵੀ ਲੈ ਲਿਆ। ਹੁਣ ਅਸੀਂ ਇੱਥੇ ਇੱਕ ਸ਼ੌਪ ਆ ਪੰਧੇਰ ਵਿਲਾ, ਹੁਣ ਅਸੀਂ ਇੱਥੇ ਖੜ ਕੇ ਬਰਗਰ ਖਾਣ ਲੱਗਿਆ, ਸੋ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ। ਮਾਸੀ ਫਿਰ ਹੈ, ਬਾਏ ਬਾਏ। ਸੋ ਲਓ ਜੀ ਆਪਾਂ ਵੀ ਬਰਗਰ ਬੁਰਗਰ ਖਾ ਲਏ, ਹੁਣ ਮਾਸੀ ਨੂੰ ਲੈ ਗਿਆ ਸਿਮਰਨ ਅਤੇ ਹੁਣ ਅਸੀਂ ਜਾਂਦੇ ਹਾਂ ਘਰ ਨੂੰ, ਅਤੇ ਹੁਣ ਤੁਹਾਨੂੰ ਘਰੇ ਜਾ ਕੇ ਮਿਲਦੇ ਹਾਂ। ਦਾੜੀ ਬਲ ਕਟਾ ਲਈਏ ਫਿਰ ਕਰਦੇ ਆ ਫਨ। ਚੱਲ ਉਹ ਤਾਂ ਠੀਕ ਆ, ਕਹਿ ਲੱਡੂ ਕਿਉਂ ਕਹਿਤਾ ਸੀ? ਲੱਡੂ ਕਿਹਾ ਤਾਂ ਤੂੰ ਹੀ ਆ, ਪਰ ਤੈਨੂੰ ਵੱਢੂ ਇਹਨੇ ਪਹਿਲਾਂ ਇਹਨੂੰ ਕਹਿਣਾ ਸੀ ਲੱਡੂ, ਕਿਆ ਗੇਮ ਘੁਮਾਤੀ ਹੈ ਫਿਰ ਵੀ ਇਹਨੂੰ ਵੱਢੂ। ਚਲੋ ਦਾੜੀ ਵਾਲ ਕਟਾਈਏ। ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ, ਮੇਰੇ 5000 ਫੋਲੋਅਰ ਹੋ ਗਏ, 10000 ਕਰ ਦੋ। ਲਵ ਯੂ, ਲਵ ਯੂ, ਲਵ ਯੂ।
ਪੱਪੀ ਵਾਲਾ ਮਟਰ ਤੈਨੂੰ ਇੱਕ ਹੋਰ ਗੱਲ ਦੱਸਾਂ ਹਾਂ ਬੂਟ ਬਦਲ ਮੇ ਪਾ ਕੇ ਆਉਂਦਾ ਗੁਰਦੁਆਰੇ ਜਾਂਦਾ सेवा तो ठीक है तेन मैं गल दसा करना पौने के 7 बजे अखा मूहरे हनेरा छाया अच्छा क्योंकि मैं बापू तो मंगी सी माया हाँ। मैंने बहुत टाया चलो ये मजाक साडी मास्टर ने बहुत वधिया कीतिया सेवा अच्छा मेरी गल सुनो एदू पहला मैं थोनू दवा मेवा चलो घर नू चलो बचो मेरे तो बचो जिन्ना बच हुंदा बचो चलो ओके हां ये बोलदा है बोली जाणा यार प्यार करते रहो साडा यूट्यूब चैनल पिंदर ते पवन आई लव यू लॉट पप्पी ओके चल चंगा मैडम हां जी मेनू भी मंडी तो घरे आई नू हो गया अद्धा पौना घंटा पिंदर सुधार गए हुए ने अपनी दाड़ी मुछा कटाउण ओह तां तुसीं हुण देख ही लैणा मास्टर वीर जी नू मिलण ते बाकी हुण मैं जाके अपना घर दा कम कर रोटी पानी दा कर लां सब्जी सुब्जी बना लीए सो पिंदर दे घरे आए तो फिर असीं तुहानूं मिलदे आं रोटी खान लगे पवन सूट लेके आई दिखाने फिर गांह वीडियो कंटिन्यू कर दे तेन क्या मेनू डैडी ने दवाया रोह भी जगह मार दी मारूंगी मैं कह नहीं सकते चलो चंगा जी लो जी आप रोटी पानी खा लो पहला पवन का सूट देख दो कड़ा लेके आई है हाँ जी ये तो काला तो हुण लिया सी उत्थे यार यार मेनू अज ना मैं पूरा सोच के गई सी भी मैं एक भी सूट नहीं लेके आना पर जदों मैंने काला सूट देखा ना मेरी नीत ऐसी फिसली ऐसी फिसली मैं कैसे तो पहले इहदे च की फर्क ओहदे नाल ਜਿਹੜਾ ਜੁੱਦ ਜੁੱਦ ਜੱਗ ਤੋਂ ਪਾ ਗਿਆ ਸੀ ਉਹ ਐਜਾ ਹੀ ਸੀ ਹੈਲੋ ਉਹ ਗਲੇ ਤੋਂ ਕਢਾਈ ਸੀ ਉਹਦੇ ਇੱਥੇ ਕਢਾਈ ਸੀ ਤੇ ਇੱਕ ਇੱਥੇ ਫੁੱਲ ਬਣਿਆ ਹੋਇਆ ਸੀਗਾ ਇਹਦੇ ਸਾਰੇ ਪੱਲੇ ਤੇ ਕਢਾਈ ਆ ਇਹਨੇ ਨਾ ਕਾਲਾ ਸੂਟ ਉਹ ਪਤਾ ਕਿਉਂ ਲਿਆ ਸੀ ਉਹ ਤੋਂ ਵੀਡੀਓ ਬਣਾਉਣੀ ਸੀ ਇੰਸਟਾਗ੍ਰam ਲਈ ਕਿਹੜੀ ਗਿੱਪੀ ਗਰੇਵਾਲ ਦੇ ਗਾਣੇ ਤੇ ਕਾਲੀ ਤੇਰੇ ਸੂਟ ਦੇ ਵਰਗੀ ਤੂੰ ਫਿਰ ਹੁਣ ਦੋ ਵਾਰੀ ਵੀਡੀਓ ਕਿਵੇਂ ਬਣਾਏਗੀ ਹੁਣ ਆ ਪਾ ਕੇ ਬਣਾਉਂਗੀ ਵੀਡੀਓ ਕਿਉਂਕਿ ਉਹ ਸੂਟ ਤਾਂ ਸਾਰੇ ਉਹ ਤੈਨੂੰ ਮੈਂ ਲੱਗ ਦਿੱਤਾ ਸੀ ਉਹ ਤੋਂ ਉਹਦ ਨਹੀਂ ਬਣਾਏਗੀ ਹੈ ਕਿਉਂ ਆ ਮੈਨੂੰ ਡੈਡੀ ਇਹਨਾਂ ਦੇ ਲੈ ਕੇ ਦਿੱਤਾ ਤੇ ਇੱਕ ਗੱਲ ਹੋਰ ਸ਼ੇਅਰ ਕਰਨੀ ਸੀ ਅਸੀਂ ਅਰਮਾਲ ਦੀ ਤੁਸੀਂ ਨਾ ਸਾਨੂੰ ਹਰ ਵਾਰੀ ਕਹਿ ਦਿੰਦੇ ਹੋ ਕਿ ਮੇਰੇ ਆਹੀ ਰੁਮਾਲ ਬੰਨਿਆ ਹੁੰਦਾ ਵਾ ਜਦੋਂ ਮੈਂ ਕਿਤੇ ਗੁਰਦੁਆਰੇ ਜਾਂਦਾ ਵਾਂ ਇਹ ਰੁਮਾਲ ਮੈਂ ਤਾਂ ਬੰਨਦਾ ਵਾਂ ਇਹ ਨਾ ਸਾਡੇ ਜਦੋਂ ਵਿਆਹ ਸੀ ਦੋਨਾਂ ਦਾ ਹੋਇਆ ਸੀ ਜਦੋਂ ਗੁਰਦੁਆਰੇ ਸਾਰਿਆਂ ਨੇ ਸੇਮ ਰੁਮਾਲ ਬੰਨਦੇ ਹੁੰਦੇ ਆ ਨਾ ਇਹ ਉਹ ਰੁਮਾਲ ਆ ਸਾਡੇ ਘਰੇ ਇਹੋ ਜਿਹੇ 20-25 ਰੁਮਾਲ ਨੇ ਸੋ ਡਿਫਰੈਂਟ ਡਿਫਰੈਂਟ ਹੁੰਦੇ ਆ ਹੁਣ ਸਾਡੇ ਆ ਲੋਟ ਆਇਆ ਹੋਇਆ ਵਾ ਸਾਡੇ ਘਰੇ 20-25 ਰੁਮਾਲ ਨੇ ਪਿੰਦਰ ਇਹੀ ਪਿੰਦਰ ਸਿਰ ਤੇ ਬੰਨਦੇ ਆ ਇਹੀ ਡੈਡੀ ਦੇ ਮੈਸ ਕੇ ਕਲਰ ਦਾ ਮੂੰਹ ਤੇ ਬੰਨਦਾ ਇੱਕ ਰੁਮਾਲ ਨਹੀਂ ਬਹੁਤ ਰੁਮਾਲ ਨੇ ਸਾਡੇ ਤਾਂ ਕਰਕੇ ਸੇਮ ਹੋ ਜਾਂਦਾ ਹਰ ਵਾਰੀ ਬਾਕੀ ਤੁਸੀਂ ਇੱਕ ਗੱਲ ਹੋਰ ਕਹਿੰਦੇ ਹੁੰਦੇ ਹੋ ਕਿ ਤੁਸੀਂ ਆਪ ਦੇ ਲਈ ਸ਼ਾਪਿੰਗ ਕਰਦੇ ਰਹਿੰਦੇ ਹੋ ਮੰਮੀ ਨੂੰ ਵੀ ਕੋਈ ਨਾ ਕੋਈ ਗਿਫਟ ਲਿਆ ਦਿੰਦੇ ਹੋ ਪਰ ਡੈਡੀ ਨੂੰ ਕੁਝ ਨਹੀਂ ਲਿਆ ਕੇ ਦਿੰਦੇ ਉਹ ਜਿਹੜੇ ਵੀਡੀਓ ਦੇ ਸ਼ੁਰੂ 'ਚ ਗੱਲ ਹੋਈ ਸੀ ਨਾ ਡੈਡੀ ਨੂੰ ਜ਼ਿਆਦਾ ਮਸ਼ੀਨਰੀ ਦਾ ਸ਼ੌਂਕ ਆ ਜਾਂ ਇੱਕ ਸ਼ੌਂਕ ਹੋਰ ਆ ਉਹ ਤੁਸੀਂ ਲਾ ਲਿਓ ਸਾਹਬ ਜਿਆ ਤੇ ਉਹ ਸ਼ੌਂਕ ਪੂਰਾ ਕਰਨ ਨੂੰ ਨਾ ਟਾਈਮ ਲੱਗਣਾ ਵਾ ਜਦੋਂ ਪੂਰਾ ਹੋਊਗਾ ਸ਼ਾਇਦ ਤੁਹਾਨੂੰ ਅਸੀਂ ਦੱਸ ਕੀ ਦੇਵਾਂਗੇ ਨਾ ਸੋ ਉਹ ਆਪੀ ਗਿਫਟ ਜਿਹੜਾ ਇੱਕ ਹੀ ਦੇਵਾਂਗੇ ਡੈਡੀ ਨੂੰ ਬਸ ਉਹ ਡੈਡੀ ਦਾ ਨਾ ਰਾਂਝਾ ਰਾਜ ਕਰਨਾ ਆਪਾਂ ਉਹਨੂੰ ਹੁਣ ਡੈਡੀ ਸਵੇਰੇ ਵੀਡੀਓ ਦੇਖਦਾ ਹੋਊ ਅਰਗਣਾ ਮਰੀ ਜਾਂਦੇ ਮਗ
ਕਿ ਅੱਜ ਮੈਂ ਡੈਡੀ ਉਹਨਾਂ ਨਾਲ ਮੰਡੀ ਜਾ ਕੇ ਬਹੁਤ ਇੰਜੋਏ ਕੀਤਾ। ਚਲ ਵਧੀਆ, ਕਿਉਂਕਿ ਨਾ ਖਾਣ ਤੋਂ ਰੋਕ ਨਾ ਕੁਛ ਲੈਣ ਤੋਂ ਰੋਕ, ਤੁਹਾਡੇ ਨਾਲ ਮੈਂ ਜਾਨੀ ਆ ਨੀ ਖਾਣਾ ਮੋਟੀ ਹੋ ਜਾਏਗੀ, ਨਹੀਂ ਨਹੀਂ ਇਹ ਨੀ ਲੈਣਾ ਪਤਲੀ ਹੋ ਕੇ ਫਿਰ ਲੈ ਕੇ ਦੂੰਗਾ। ਸੋ ਅੱਜ ਮੇਰੇ ਕੋਈ ਰੋਕ ਟੋਕ ਨਹੀਂ ਸੀ, ਫੁੱਲ ਇੰਜੋਏ ਕਰਕੇ ਹੀ ਆ ਮੈਂ ਦੀਂਦਾ ਵਾ। ਚਲੋ ਠੀਕ ਆ ਜੀ, ਹੁਣ ਮੈਂ ਲੱਗਦਾ ਆਪਾਂ ਵੀਡੀਓ ਕਰ ਦਈਏ ਇੱਥੇ ਹੀ ਐਂਡ, ਤੇ ਤੁਹਾਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇੱਕ ਗੱਲ ਹੋਰ, ਗਾਹਲਾ ਟ੍ਰਿਪ ਜਮਾ ਹੀ ਲੈਣ ਤੇ ਹੀ ਆ, ਬਸ ਹੁਣ ਸਮਝ ਨਹੀਂ ਆ ਰਿਹਾ ਸੀ ਕਰੀਏ ਕੀ। Yes. ਸੋ ਬਸ ਹੁਣ ਡਿਸਾਈਡ ਕਰਕੇ ਜਾਂ ਕੱਲ ਨੂੰ ਜਾਂ ਪਰਸੋਂ ਦੇ ਚੌਥੇ ਨੂੰ ਤੁਹਾਨੂੰ ਦੱਸ ਦਾਂਗੇ। ਥੋੜੇ ਜਿਹੇ ਹਲੇ ਅਸੀਂ ਕਨਫਿਊਜ਼ ਆ ਕਿਉਂਕਿ ਸਾਨੂੰ ਘਰੇ ਵੀ ਕੰਮ ਬਹੁਤ ਨੇ ਤੇ ਟ੍ਰਿਪ ਵੀ ਵਿੱਚ ਪਲਾਨ ਕਰਨਾ, ਬਿਕੋਜ਼ ਟ੍ਰਿਪ ਬਣਾਉਣਾ ਜ਼ਰੂਰੀ ਆ। ਕਿਉਂਕਿ ਆ ਹਫਤਾ ਤਾਂ ਸਾਡਾ ਫੁੱਲ ਬਿਜ਼ੀ ਜਾ ਰਿਹਾ। ਆ ਤਾਂ ਬਿਜ਼ੀ ਆ, ਬਿਕੋਜ਼ ਮਾਸੀ ਦੀ ਐਨੀਵਰਸਰੀ ਆ, ਡੈਡੀ ਮੰਮੀ ਦੀ ਐਨੀਵਰਸਰੀ ਆ, ਮੁੜ ਕੇ ਆਪਣਾ ਸਾਡੇ ਜਿਹੜੇ ਵੀਰ ਜੀ ਆਏ ਨੇ ਮੀਨਸ ਕੇ ਕੰਤਪਾਲ ਵੀਰ ਜੀ, ਉਹਨਾਂ ਨੇ ਵਾਪਸ ਜਾਣਾ ਵਾ, ਤੇ ਫਿਰ ਅਸੀਂ ਇੱਕ ਅੱਧਾ ਦਿਨ ਖੇੜੀ ਵੀ ਜਾਣਾ ਵਾ, ਫਿਰ ਗਾਹਾਂ ਅਰਜਨ ਦਾ ਬਰਥਡੇ ਆ ਜਾਣਾ, ਫਿਰ ਡੈਡੀ ਦਾ ਬਰਥਡੇ ਆ ਜਾਣਾ ਵਾ, ਤੇ ਫਿਰ ਹਰਮਨ ਵੀਰ ਜੀ ਦਾ ਬਰਥਡੇ ਆ ਜਾਣਾ। ਸੋ ਥੋੜਾ ਬਿਜ਼ੀ ਵੀ ਚੱਲਦਾ ਵਾ ਵਿੱਚ ਵਿੱਚ, ਸੋ ਉਹ ਚੀਜ਼ਾਂ ਆਪਾਂ ਮੈਨੇਜ ਕਰਾਂਗੇ, ਤੁਹਾਨੂੰ ਦੱਸਾਂਗੇ 2-3 ਦਿਨਾਂ ਤੱਕ, ਤੇ ਬਾਕੀ ਹੁਣ ਚਲੋ ਜੀ ਠੀਕ ਆ, ਤੇ ਬਾਏ ਬਾਏ, ਗੁੱਡ ਨਾਈਟ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ। ਸੋ ਦੋ ਵਾਰੀ ਕਹਿਤਾ ਹੁਣ ਆਪਾਂ 100K ਕਰਨਾ ਵਾ ਬਿਫੋਰ ਮਾਰਚ ਐਂਡ ਤੋਂ, ਠੀਕ ਆ। ਚੰਗਾ ਜੀ, ਮਿਲਦੇ ਆ ਫਿਰ ਹੁਣ ਅਗਲੀ ਗਰੀ। ਗੁੱਡ ਨਾਈਟ, ਟੇਕ ਕੇਅਰ। ਅੰਗਰੇਜ਼ੀ ਫਰਾਟੇ ਦਾ।